ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਏ ਸੁਨੰਦ ਦੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੇ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤਖ ਸਮਦੀ ਨੂਰ ਅਰਸੋਂ ਕੁਰਸੋਂ ਝੱਟਿਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟਿਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਦੈ ਸਾਹ ਜਿਸ ਪਾਸ ਬੈਠਿਆਂ ਸੋਹਿਐ ਸਭਨਾ ਦਾ ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪਹਿਲਾ ਤੀ ਤੁਕੇ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨਸੈ ਨਾਮ ਵਿਸਾਰੇ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨਸੈ ਨਾਮ ਵਿਸਾਰੇ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵਿਕਾਰੀ ਸੁਣ ਪੰਡਿਤ ਕਰਮਾਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਸਾਸਤ ਬੇਦ ਬਗੈ ਖੜੂ ਭਾਈ ਕਰਮ ਕਰੋ ਸੰਸਾਰੇ
ਪਾਖੰਡ ਮੈਲ ਨਾ ਚੁੱਕੇ ਭਾਈ ਅੰਤਰ ਮੈਲ ਵਿਕਾਰੀ ਇਨ ਬਿਦ ਡੋਬੇ ਮਾਕਰੀ ਪਾਈ ਓਂਡੇ ਸਿਰ ਕੈ ਭਾਰੇ ਦੁਰਮਤ ਘਣੀ ਵਿਗੋਤੀ ਭਾਈ ਦੂਜੈ ਭਾਈ ਖਵਾਈ ਬਿਨ ਸਤਿਗੁਰ ਨਾਮ ਨ ਪਾਈਐ ਭਾਈ ਬਿਨ ਨਾਮੈ ਭਰਮ ਨ ਜਾਇ ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ ਆਵਣ ਜਾਣ ਰਵਾਈ ਸਾਚ ਸਹਿਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੇ ਸੋ ਬੂਝੈ ਭਾਈ ਗੁਰ ਬਿਨ ਮਗ ਨ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੈ ਭਾਈ ਕੂੜ ਬੋਲ ਬਿਖ ਖਾਈ ਪੰਡਤ ਦਹੀਂ ਵਿਲੋਈਐ ਭਾਈ ਵਿੱਚੋਂ ਨਿਕਲੈ ਤੱਥ ਜਲ ਮਥੀਐ ਜਲ ਦੇਖੀਐ ਭਾਈ ਇਹੋ ਜਗ ਇਹ ਵੱਥ ਗੁਰ ਬਿਨ ਭਰਮ ਵਿਗੋਚੀਐ ਭਾਈ ਘਟ ਘਟ ਦੇਉ ਅਲੱਖ ਇਹੋ ਜਗ ਤਾਕੋ ਸੂਤ ਕੋ ਭਾਈ ਦਹਿ ਦਿਸ ਬਾਂਧੋ ਮਾਏ ਬਿਨ ਗੁਰ ਗਾਂਠ ਨ ਛੁੱਟੀ ਭਾਈ ਥਾਕੇ ਕਰਮ ਕਮਾਏ ਇਹੋ ਜਗ ਭਰਮ ਭੁਲਾਇਆ ਭਾਈ ਕਹਿਣਾ ਕਿਛੂ ਨਾ ਜਾਏ ਗੁਰ ਮਿਲਿਐ ਭਉ ਮਨ ਵਸੈ ਭਾਈ ਪੈ ਮਰਨਾ ਸਚ ਲੇਖ ਮਜਨ ਦਾਨ ਚੰਗਿਆਈਆਂ ਭਾਈ ਦਰ ਗਏ ਨਾਮ ਵਿਸੇਖ ਗੁਰ ਅੰਕਸ ਜਿਨ ਨਾਮ ਦਿਰਡਾਇਆ ਭਾਈ ਮਨ ਵਸਿਆ ਚੁੱਕਾ ਭੇਖ ਇਹੋ ਤਨ ਹਾਟ ਸਰਾਪ ਕੋ ਪਾਈ ਵੱਖਰ ਨਾਮ ਅਪਾਰ ਇਹੋ ਵੱਖਰ ਵਾਪਾਰੀ ਸੋ ਦਿਰਡੈ ਭਾਈ ਗੁਰ ਸ਼ਬਦ ਕਰੇ ਵਿਚਾਰ ਧਨ ਵਾਪਾਰੀ ਨਾਨਕ ਭਾਈ ਮੇਲ ਕਰੇ ਵਾਪਾਰ ਇਹੋ ਤਨ ਹਾਟ ਸਰਾਪ ਕੋ ਭਾਈ ਵੱਖਰ ਨਾਮ ਅਪਾਰ ਇਹੋ ਵੱਖਰ ਵਾਪਾਰੀ ਸੋ ਦਿਰਡੈ ਭਾਈ ਗੁਰ ਸ਼ਬਦ ਕਰੇ ਵਿਚਾਰ ਧਨ ਵਾਪਾਰੀ ਨਾਨਕ ਭਾਈ ਮੇਲ ਕਰੇ ਵਾਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਦਸੋ ਪਾਸਿਆਂ ਕੀ ਆਤਮਕ ਸਰੂਪ ਜਾਗਦੀ ਜੋਤ ਦਿਹਾਰਾ ਜ਼ਰੂਰ ਸਰਬ ਕਲਾ ਭਰਪੂਰ ਖੰਡਾਂ ਔਰ ਬ੍ਰਹਿਮੰਡਾਂ ਦੇ ਮਾਲਕ ਹਲਤ ਪਲਤ ਕੇ ਰੱਖੇ
ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਵਾਨ ਹੋ ਕੇ ਉਸ ਪਰਮੇਸ਼ਵਰ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਆਪ ਸਮੁੱਚੀਆਂ ਸੰਗਤਾਂ ਨੇ ਪੜ੍ਹੀ ਅਤੇ ਸਰਵਣ ਕੀਤੀ ਹੈ। ਅੰਮ੍ਰਿਤ ਵੇਲੇ ਪ੍ਰਕਾਸ਼ਵਾਨ ਹੋ ਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਜੋ ਹੁਕਮਨਾਮੇ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ, ਉਹ ਸੋਰਠ ਰਾਗ ਦੇ ਅੰਦਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਬਾਰਕ ਅੰਗ 635 ਅਤੇ 636 ਤੇ ਦਰਜ ਹੈ। ਸਤਿਗੁਰੂ ਦੀਨ ਦੁਨੀਆ ਦੇ ਮਾਲਕ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਇਸ ਜਗਤ ਜਲੰਦੇ ਨੂੰ ਠਾਰਨ ਦੇ ਵਾਸਤੇ ਇਹ ਪਵਿੱਤਰ ਬਾਣੀ ਸਾਨੂੰ ਬਖਸ਼ਿਸ਼ ਕਰਕੇ ਗਏ ਨੇ, ਉਸ ਦੇ ਵਿੱਚੋਂ ਅੱਜ ਦੇ ਹੁਕਮਨਾਮੇ ਦੀ ਦਾਤ ਦੇ ਅੰਦਰ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਕਰਮਕਾਂਡੀ ਪੰਡਿਤ ਨੂੰ ਉਪਦੇਸ਼ ਕਰਦੇ ਨੇ ਕਿ ਬਾਹਰੀ ਕਰਮ ਧਰਮ ਦੇ ਜਿਹੜੇ ਤੀਰਥ ਇਸ਼ਨਾਨ ਆਦਿਕ ਵਰਤ ਆਦਿਕ ਦੇ ਜਿਹੜੇ ਕਰਮ ਨੇ ਉਹਨਾਂ ਦੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਸੱਚੇ ਪਾਤਸ਼ਾਹ ਜੋ ਅਸਲ ਤੱਤ ਹੈ ਉਹ ਜਿਹੜਾ ਹੈ ਉਹ ਪ੍ਰਾਪਤ ਨਹੀਂ ਹੋ ਸਕਦਾ। ਉਹ ਪ੍ਰਾਪਤ ਤਾਂ ਹੋਵੇਗਾ ਜੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਸੱਚੇ ਪਾਤਸ਼ਾਹ ਬਖਸ਼ਿਸ਼ ਕੀਤਾ ਹੋਇਆ ਨਾਮ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਟਿਕਾ ਕੇ ਜਪੇਗਾ, ਫਿਰ ਉਹ ਅਸਲ ਤੱਤ ਦੀ ਪ੍ਰਾਪਤੀ ਹੋਣੀ ਹੈ। ਗੁਰਦੇਵ ਸੱਚੇ ਪਾਤਸ਼ਾਹ ਜੋ ਇਸ ਹੁਕਮਨਾਮੇ ਦੀ ਦਾਤ ਦੇ ਅੰਦਰ ਸਾਨੂੰ ਸਾਰਿਆਂ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰਕੇ ਸਮਝਾਉਂਦੇ ਨੇ, ਉਸ ਦੀ ਸੰਖੇਪ ਵਿਚਾਰ ਸਮੇਂ ਦੀ ਸੀਮਾ ਦੇ ਵਿੱਚ ਰਹਿ ਕੇ ਕਰਨ ਤੋਂ ਪਹਿਲਾਂ ਆਪ ਸਮੁੱਚੀਆਂ ਸੰਗਤਾਂ ਇੱਕ ਵਾਰੀ ਅਕਸੀਸ ਬਖਸ਼ਦੇ ਹੋਏ ਗੁਰਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸੀਸ ਝੁਕਾ ਕੇ ਪਿਆਰ ਸਹਿਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਗੁਰਦੇਵ ਜੀ ਸਮਝਾਉਣਾ ਕਰਦੇ ਨੇ, ਆਓ ਪਿਆਰ ਸਹਿਤ ਸਮਝੀਏ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਉਹ ਪਰਮੇਸ਼ਵਰ ਦਾ ਨਾਮ ਕਿਣਕਾ ਮਾਤਰ ਵਸ ਜਾਵੇ। ਆਓ ਗੁਰਦੇਵ ਦੇ ਪ੍ਰਵਚਨ ਜਿਹੜੇ ਨੇ ਉਹਨਾਂ ਨੂੰ ਸਰਵਣ ਕਰੀਏ। ਸੋਰਠ ਮਹੱਲਾ ਪਹਿਲਾ ਤੀ ਤੁਕੇ, ਸੋਰਠ ਰਾਗਨੀ ਦੇ ਅੰਦਰ ਦੀਨ ਦੁਨੀ ਦੇ ਮਾਲ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ। ਤੀ ਤੁਕੀ ਤਿੰਨ ਤਿੰਨ ਤੁਕਾਂ ਵਾਲੇ ਜਿਹੜੇ ਇਸ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਸ਼ਬਦ ਮਹਾਰਾਜ ਜੀ ਨੇ ਦਰਜ ਕੀਤੇ। ਗੁਰਦੇਵ ਸੱਚੇ ਪਾਤਸ਼ਾਹ ਸਮਝਾਉਂਦੇ ਨੇ
ਆਸਾ ਮਨ ਸਾ ਬੰਧਨੇ ਪਾਏ। ਕਰਮ ਧਰਮ ਬੰਗ ਕਾਰੀ ਇਹ ਜਿਹੜੀਆਂ ਆਸਾ ਤੇ ਮਨਸਾ ਨੇ ਜਿਸ ਤਰ੍ਹਾਂ ਜੀਵ ਨੂੰ ਵੈਸੇ ਵੀ ਗੁਰਦੇਵ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਦੇ ਅੰਦਰ ਇੱਕ ਤਾਂ ਪ੍ਰਮਾਣ ਕਰਦੇ ਨੇ ਆਸਾ ਲਾਗਿਓ ਧਣ ਕੇ ਇਸ ਨੂੰ ਇੱਛਾਵਾਂ ਹੀ ਬਾਹਰੀ ਨੇ ਜਿਹੜੀ ਇੱਛਾਵਾਂ ਨੇ ਜਿਹੜੀਆਂ ਮਨਸਾ ਨੇ ਇਸ ਦੀਆਂ ਉਹ ਸੰਸਾਰ ਜਗਤ ਦੇ ਵਿੱਚ ਬਸ ਵਿਚਰਦੀਆਂ ਪਦਾਰਥਾਂ ਦੀਆਂ ਆਸਾਂ ਮਾਇਕ ਪਦਾਰਥਾਂ ਦੀਆਂ ਆਸਾਂ ਇਹ ਆਸਾਂ ਇਹ ਇੱਛਾਵਾਂ ਇਹ ਜਿਹੜੀਆਂ ਇਸ ਦੀਆਂ ਇਹ ਫੁਰਨੇ ਜਿਹੜੇ ਨੇ ਇਹੀ ਇਸ ਨੂੰ ਬੰਧਨੀ ਇਸ ਨੂੰ ਬੰਨ ਰੱਖਦੇ ਨੇ ਜਾਣੀ ਰੱਸੀ ਦੀ ਤਰ੍ਹਾਂ ਬੰਨ ਰੱਖਦੇ ਨੇ ਇਸ ਨੂੰ ਮੋਹ ਮਾਇਆ ਦੇ ਵਿੱਚ ਜਕੜ ਕੇ ਰੱਖਦੇ ਨੇ ਉਹ ਜਿਹੜੇ ਬਾਹਰੀ ਤੌਰ 'ਤੇ ਕਰਮ ਧਰਮ ਨੇ ਜਿਵੇਂ ਗੁਰਦੇਵ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਦੇ ਅੰਦਰ ਬੜੀ ਥਾਵਾਂ 'ਤੇ ਸਾਨੂੰ ਸਮਝਾਉਂਦੇ ਨੇ ਕਿ ਇਹ ਜਿਹੜੇ ਬਾਹਰੀ ਕਰਮ ਧਰਮ ਨੇ ਉਹਨਾਂ ਨੂੰ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਦੇ ਅੰਦਰ ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾ ਗਾ ਤੇ ਲੁੱਟ ਹੈ ਨਿਰਵਾਣ ਕੀਰਤਨ ਗਾਵੋ ਕਰਦੇ ਕਰ ਨਿਮਕ ਸਿਮਰਤ ਜਿੱਤ ਛੁੱਟ ਹੈ ਕਹਿੰਦੇ ਇਹਨਾਂ ਨੂੰ ਜਿਹੜੇ ਕਰਮ ਧਰਨ ਇਹਨਾਂ ਤੋਂ ਬਾਹਰੀ ਪਹਿਲੇ ਲੁੱਟ ਲਿਆ ਜਾਂਦਾ ਤੂੰ ਉਸ ਮਹਾਰਾਜ ਪਰਮੇਸ਼ਵਰ ਦਾ ਜਿਹੜਾ ਉਸਦੀ ਕੀਰਤੀ ਉਸਦੀ ਸਿਫਤ ਸਲਾਹ ਦੇ ਗੁਣ ਗਾ ਜਿਸਦੇ ਨਾਲ ਤੇਰਾ ਛੁਟਕਾਰਾ ਹੋਵੇ ਗੁਰਦੇਵ ਕਹਿੰਦੇ ਨੇ ਫਿਰ ਜਿਹੜੀ ਆਸਾ ਮਨਸਾ ਇਹ ਬੰਧਨ ਨੇ ਜਿਹੜੇ ਬਾਹਰੀ ਤੌਰ 'ਤੇ ਰਸਮੀ ਤੌਰ 'ਤੇ ਧਰਮੀ ਕਰਮ ਕਰਦਾ ਹੈ ਉਹ ਸਾਰੇ ਬੰਧਨਾਂ ਦੇ ਵਿੱਚ ਪਾ ਕੇ ਰੱਖਦੇ ਨੇ ਤੈਨੂੰ ਬੰਨ ਕੇ ਰੱਖਦੇ ਨੇ ਜਕੜ ਲੈਂਦੇ ਨੇ ਤੈਨੂੰ ਸੰਸਾਰਕ ਮੋਹ ਮਾਇਆ ਦੇ ਵਿੱਚ ਹੀ ਜਕੜਿਆ ਰਹਿੰਦਾ ਹੈ ਗੁਰਦੇਵ ਜੀ ਅੱਗੇ ਫੁਰਮਾਨ ਕਰਦੇ ਨੇ ਪਾਪ ਪੁੰਨ ਜਗ ਜਾਇਆ ਪਾਏ ਬਿਨ ਸੈ ਨਾਮ ਵਿਸਾਰੀ ਪਾਪ ਅਤੇ ਪੁੰਨ ਕਰਮ ਕਰਦਾ ਹੋਇਆ ਇਹ ਜਗ ਜਿਹੜਾ ਜਾਇਆ ਜੰਮਦਾ ਜਾਣੀ ਜੰਮਦਾ ਤੇ ਮਰ ਜਾਂਦਾ ਤੇ ਉਸ ਪਰਮੇਸ਼ਵਰ ਦੇ ਨਾਮ ਨੂੰ ਵਿਸਾਰ ਕੇ ਆਤਮ ਮੌਤ ਜਿਹੜਾ ਇਹ ਜੀਵ ਜਿਹੜਾ ਜੰਮਦਾ ਹੈ ਅਤੇ ਕਦੇ ਮਰਦਾ ਇਹ ਆਤਮ ਮੌਤੇ ਮਰਦਾ ਹੈ ਪਰਮੇਸ਼ਵਰ ਜੀ ਦੇ ਨਾਮ ਨੂੰ ਬੁਲਾ ਕੇ ਉਹਨਾਂ ਦੇ ਵਿੱਚ ਕਦੇ ਪਾਪ ਕਰਮ ਕਦੇ ਪੁੰਨ ਕਰਮ ਇਸ ਦੇ ਵਿੱਚ ਉਲਝਿਆ ਰਹਿੰਦਾ ਹੈ ਪਰਮੇਸ਼ਵਰ ਦੇ ਅਸਲ ਤੱਤ ਨਾਮ ਨੂੰ ਵਿਸਾਰ ਦਿੰਦਾ ਹੈ ਨਾਮ ਨੂੰ ਵਿਸਾਰ ਕੇ ਫਿਰ ਆਤਮਕ ਮੌਤ ਮਰੀ ਜਾਂਦਾ ਇਹ ਮਾਇਆ ਜਗ ਮੋਹਣੀ ਪਾਈ ਕਰਮ ਸਭੇ ਬੇਕਾਰੀ ਇਹ ਜਿਹੜੀ ਮਾਇਆ ਹੈ ਇਹ ਸਾਰੇ ਜਗਤ ਨੂੰ ਮੋਹੀ ਫਿਰਦੀ ਹੈ ਗੁਰਦੇਵ ਦੇ ਪਵਿੱਤਰ ਬਚਨ ਆਉਂਦੇ ਨੇ ਮਾਇਆ ਐਸੀ ਮੋਹਣੀ ਭਾਈ ਜੇਤੇ ਜੀ ਤੇਤੇ ਡਹਿਕਾਰ
ਇਸ ਸਾਰੀ ਮਾਇਆ ਮੋਹ ਦੇ ਵਿੱਚ ਜਕੜਿਆ ਰਹਿੰਦਾ ਇਨਸਾਨ। ਇਸ ਮਾਇਆ ਦੇ ਇਸਦੀ ਮਾਇਆ ਦੀ ਆਸਾ, ਇਸ ਧਨ ਦੀ ਆਸਾ, ਇਸ ਪਦਾਰਥਾਂ ਦੀ ਆਸਾ, ਉਸ ਦੇ ਵਿੱਚ ਵੀ ਇਹ ਮਾਇਆ ਇਸ ਨੂੰ ਜਿਹੜੀ ਉਹ ਜਕੜ ਰੱਖਦੀ, ਐਸੀ ਮੋਹਣੀ ਹੈ, ਪਿਆਰੀ ਹੈ ਇਹ ਮਾਇਆ ਜਗਮੋਹਣੀ। ਭਾਈ ਕਰਮ ਸਭੇ ਵੇਕਾਰੀ, ਫਿਰ ਉਹ ਜਿਹੜੇ ਸਾਰੇ ਕਰਮ ਕਰਦਾ ਹੈ ਉਹ ਸਾਰੇ ਉਹਨਾਂ ਦੇ ਵਿੱਚ, ਫਿਰ ਉਹਨਾਂ ਦੇ ਵਿੱਚੋਂ ਹੀ ਵਿਕਾਰ ਪੈਦਾ ਹੋ ਜਾਂਦੇ ਨੇ। ਅੱਗੇ ਗੁਰੂ ਪਾਤਸ਼ਾਹ ਉਪਦੇਸ਼ ਕਰਦੇ ਨੇ, ਸੁਣ ਪੰਡਿਤ ਕਰਮਾ ਕਾਰੀ, ਇਹ ਕਰਮ ਕਾਂਡੀ ਪੰਡਿਤ ਜੀ ਕਹਿੰਦੇ ਸੁਣੋ। ਕੀ ਸੁਣੋ? ਕਹਿੰਦੇ ਜਿਤ ਕਰਮ ਸੁਖ ਉਪਜੈ ਭਾਈ, ਸੋ ਆਤਮ ਤਤ ਵਿਚਾਰੀ। ਜਿਹੜੇ ਕਰਮਾਂ ਦੇ ਨਾਲ ਉਹ ਸਦੀਵੀ ਸੁਖ ਪੈਦਾ ਹੋਣਾ ਸੀ ਉਹ ਤੇ ਕਿਤੇ, ਕਹਿੰਦੇ ਉਹ ਕਰਮ ਕਰ ਫਿਰ ਜਿਸਦੇ ਨਾਲ ਸਦੀਵੀ ਸੁਖ ਜਿਹੜਾ ਉਹ ਤੈਨੂੰ ਪ੍ਰਾਪਤ ਹੋਏ, ਅਤੇ ਆਤਮਕ ਮੰਡਲ ਦੇ ਵਿੱਚ ਉਸ ਪਰਮੇਸ਼ਵਰ ਦੇ ਗੁਣਾਂ ਦੇ ਵਿਚਾਰ ਧਾਰਨ ਕਰ, ਉਸਦੇ ਗੁਣਾਂ ਨੂੰ ਵਿਚਾਰ ਕਰ, ਆਤਮਕ ਮੰਡਲ ਦੇ ਅੰਦਰ ਉਹ ਗਿਆਨ ਪੈਦਾ ਕਰ, ਉਸ ਦੇ ਨਾਲ ਫਿਰ ਜਿਹੜਾ ਹੈ ਸਦੀਵੀ ਸੁੱਖ ਜਿਹੜਾ ਉਹ ਫਿਰ ਪ੍ਰਾਪਤ ਹੋਣਾ ਸੀ, ਪਰ ਉਹ ਕਿਤੇ ਨਹੀਂ, ਉਹ ਨਾ ਕਰਨ ਕਰਕੇ ਇਹਦੇ ਵਿੱਚ ਹੀ ਉਲਝਿਆ ਰਿਹਾ ਕਰਮ ਕਾਂਡਾਂ ਦੇ ਵਿੱਚ। ਪਾਤਸ਼ਾਹ ਕਹਿੰਦੇ ਨੇ ਭਾਈ ਤੂੰ ਫਿਰ ਕਰਮ ਉਹ ਕਰ ਜਿਸ ਦੇ ਨਾਲ ਤੈਨੂੰ ਜਿਹੜਾ ਉਹ ਸਦੀਵੀ ਸੁੱਖ ਪ੍ਰਾਪਤ ਹੋ, ਉਹ ਸਹਿਜ ਅਵਸਥਾ ਪ੍ਰਾਪਤ ਹੋ ਜਾ। ਗੁਰਦੇਵ ਜੀ ਪਵਿੱਤਰ ਬਾਣੀ ਦੇ ਵਿੱਚ ਬਚਨ ਕਰਦੇ ਨੇ ਕਿ ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੈ ਸਹਿਸਾ ਨਹਿ ਜਾਏ, ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸੈ ਜਿਉ ਮਲੀਨ ਹੈ ਕਿਤ ਸੰਜਮ ਤੋਤਾ ਜਾਏ, ਮਨ ਧੋਵੋ ਸ਼ਬਦ ਲੱਗ ਹੋ, ਹਰ ਸਿਉ ਰਹਿ ਹੋ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਹ ਵਿਜੈ। ਗੁਰੂ ਦੀ ਕਿਰਪਾ ਦੇ ਨਾਲ ਜਦੋਂ ਤੂੰ ਪਰਮੇਸ਼ਵਰ ਆਪਣਾ ਨਾਮ ਜਪੇਗਾ, ਤੇਰਾ ਫਿਰ ਮਨ ਨੂੰ ਧੋਇਆ ਜਾਵੇਗਾ ਉਸਦੇ ਨਾਲ, ਉਸਦੇ ਨਾਲ ਫਿਰ ਤੈਨੂੰ ਜਿਹੜਾ ਉਹ ਅਵਸਥਾ ਪ੍ਰਾਪਤ ਹੋ ਸਕਦੀ ਹੈ। ਕਹਿੰਦੇ ਉਹ ਕਰਮ ਕਰ ਫਿਰ ਭਾਈ ਜਿਸ ਦੇ ਨਾਲ ਤੈਨੂੰ ਜਿਹੜਾ ਹੈ ਉਹ ਸਦੀਵੀ ਸੁੱਖ ਪ੍ਰਾਪਤ ਹੋ ਜਾਵੇ, ਆਤਮਕ ਮੰਡਲ ਦੇ ਵਿੱਚ ਵਿਚਾਰ ਉਸਦੀ ਕਰ। ਰਹਾਉ ਵਿਸਰਾਮ ਦੇ ਕੇ ਗੁਰਦੇਵ ਜੀ ਸਮਝਾਉਂਦੇ, ਸਾਸਤ ਬੇਦ ਬਕੈ ਖੜੋ ਪਾਏ, ਕਰਮ ਕਰੋ ਸੰਸਾਰੀ। ਤੂੰ ਸ਼ਾਸਤਰਾਂ ਦੀ ਵਿਚਾਰ ਕਰਦਾ, ਵੇਦਾਂ ਨੂੰ ਪੜ੍ਹਦਾ, ਪੜ੍ਹ ਕੇ ਖੜੋ ਕੇ ਲੋਕਾਂ ਦੇ ਵਿੱਚ ਸੁਣਾਉਂਦਾ, ਉਸਦਾ ਵਿਖਿਆਨ ਕਰਦਾ। ਸਾਸਤ ਬੇਦ ਬਕੈ ਖੜੋ ਪਾਏ, ਕਰਮ ਕਰੋ ਸੰਸਾਰੀ, ਉਸ ਕਰਮ ਕਾਂਡਾਂ ਦੇ ਵਿੱਚ ਉਲਝ ਜਾਂਦਾ ਅਤੇ ਉਲਝਾ ਰੱਖਦਾ ਸੰਸਾਰ। ਕਿਉਂਕਿ ਵੇਦਾਂ ਦੇ ਅੰਦਰ ਵਿਦਵਾਨ ਸੱਜਣ ਦੱਸਦੇ ਨੇ ਕਿ 1,00,000 ਸਲੋਕ ਹੈ, ਜਿਸ ਦੇ ਅੰਦਰ 80,000 ਸਲੋਕ ਜਿਹੜਾ ਉਹ ਕਰਮ ਕਾਂਡ ਦਾ,
16,000 ਉਪਾਸਨਾ ਕੰਡ ਹੈ, 4,000 ਸਲੋਕ ਜਿਹੜਾ ਉਹ ਅਸਲ ਤੱਤ ਦਾ ਹੈ। ਤਾਂ ਗੁਰਦੇਵ ਜੀ ਸਮਝਾਉਂਦੇ ਨੇ, ਕਹਿੰਦੇ ਉਹਨਾਂ ਦੇ ਵਿੱਚ ਹੀ ਸਾਸਤ ਵੇਦ ਵਗ ਕੇ, ਕਹਿੰਦੇ ਪੜ੍ਹ ਕੇ ਖੜੋ ਕੇ ਸੁਣਾ ਕੇ ਉਹਨਾਂ ਸੰਸਾਰ ਕਰਮਾਂ ਦੇ ਵਿੱਚ ਨਾ ਉਲਝ ਪਏ। ਇਸ ਦੇ ਨਾਲ ਜਿਹੜੀ ਅੰਦਰ ਦੀ ਮੈਲ ਉਤਰਨੀ ਨਹੀਂ, ਅੱਗੇ ਗੁਰਦੇਵ ਜੀ ਫਰਮਾਨ ਕਰਦੇ ਨੇ, ਪਾਖੰਡ ਮੈਲ ਨਾ ਚੋਕੇ ਪਾਏ, ਅੰਤਰ ਮੈਲ ਵਿਕਾਰੀ, ਬਾਹਰੀ ਤੌਰ 'ਤੇ ਜਿਹੜੇ ਉਹ ਧਾਰਮਿਕ ਵਿਖਾਵਾ ਕਰਦਾ ਹੈ, ਪਖੰਡ ਦੇ ਨਾਲ ਉਹ ਮੈਲ ਉਤਰਨ ਵਾਲੀ ਨਹੀਂ, ਪਖੰਡ ਦੇ ਨਾਲ ਮੈਲ ਨਹੀਂ ਉਤਰਨੀ, ਕਿਉਂਕਿ ਮੈਲ ਤੇ ਅੰਦਰ ਵਿਕਾਰਾਂ ਦੀ ਭਰੀ ਪਈ ਹੈ, ਉਹ ਵਿਕਾਰਾਂ ਦੀ ਮੈਲ ਪਖੰਡ ਦੇ ਨਾਲ ਨਹੀਂ ਉਤਰਨੀ, ਉਹ ਤੇ ਉਤਰੇਗੀ ਬਸ ਉਸ ਪਰਮੇਸ਼ਵਰ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਨਾਮ ਹੈ, ਕਿਉਂਕਿ ਵਿਕਾਰਾਂ ਦੀ ਮੈਲ ਲੱਗੇ ਹੋਏ ਮਨ ਇਸ ਜਨਮ ਦੀ ਨਹੀਂ, ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ। ਪਵਿੱਤਰ ਬਚਨ ਮਹਾਰਾਜ ਜੀ ਕਰਦੇ ਨੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆਹੋ, ਖੰਡੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾਓ। ਉਹ ਧੋਈ ਕਿਵੇਂ ਜਾਵੇਗਾ? ਗੁਰਦੇਵ ਕਹਿੰਦੇ ਨੇ, ਭਰੀਏ ਹੱਥ ਪੈਰ ਤਣ ਦੇ, ਪਾਣੀ ਧੋਤੇ ਉਤਰ ਸਕੇ, ਮੌਤ ਪਲੀਤੀ ਕੱਪੜ ਹੋਏ, ਦੇ ਸਾਬਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੈ ਕੇਰਾ। ਕਿਉਂਕਿ ਵਿਕਾਰਾਂ ਦੇ ਵਿੱਚੋਂ ਹੀ ਪਾਪ ਪੈਦਾ ਹੋਣੇ ਨੇ, ਉਹ ਵਿਕਾਰਾਂ ਦੇ ਨਾਲ ਮਤ ਜਿਹੜੀ ਉਹ ਮੈਲੀ ਹੋਈ ਵੀ ਹੈ, ਉਹ ਮੈਲੀ ਹੋਈ ਜਿਹੜੀ ਮਤ ਹੈ ਉਹ ਪਰਮੇਸ਼ਵਰ ਦੇ ਨਾਮ ਨਾਲ ਹੀ ਧੋਈ ਜਾ ਸਕਦੀ ਹੈ, ਨਹੀਂ ਤੇ ਬਾਹਰੀ ਤੌਰ 'ਤੇ ਕਿਤੇ ਪਖੰਡ ਦੇ ਨਾਲ ਗੁਰਦੇਵ ਕਹਿੰਦੇ ਇਹ ਮੈਲ ਉਤਰਨ ਵਾਲੀ ਨਹੀਂ, ਕਿਉਂਕਿ ਵਿਕਾਰਾਂ ਦੀ ਮੈਲ ਅੰਦਰ ਲੱਗੀ ਹੋਈ। ਸਤਿਗੁਰੂ ਜੀ ਅੱਗੇ ਪ੍ਰਮਾਣ ਕਰਦੇ ਨੇ, ਇਨ ਬਿਦ ਡੂਬੀ ਮਾਕੁਰੀ ਪਾਏ, ਓਂਡੀ ਸਿਰ ਕੈ ਭਾਰੀ। ਮਾਕੁਰੀ ਕਹਿੰਦੇ ਨੇ ਮੱਕੜੀ ਨੂੰ, ਮੱਕੜੀ ਧਾਨ ਦੇ ਵਿੱਚ ਜੀਵਾਂ ਨੂੰ ਖਾ ਖਾ ਕੇ ਆਪਣਾ ਭਾਰ ਵਧਾ ਲੈਂਦੀ ਹੈ, ਇੱਕ ਜਾਲਾ ਤਣਦੀ ਹੈ, ਉਸ ਜਾਲੇ ਨੂੰ ਜਦੋਂ ਲੈ ਕੇ ਉੱਡਦੀ ਹੈ ਤਾਂ ਫਿਰ ਉਹ ਸਿਰ ਦੇ ਭਾਰ ਉੱਥੇ ਡਿੱਗ ਜਾਂਦੀ ਹੈ। ਇਸੇ ਤਰ੍ਹਾਂ ਮਨੁੱਖ ਵੀ ਜਿਹੜਾ ਹੈ ਉਹ ਵਿਕਾਰ ਕਮਾ ਕਮਾ ਕੇ ਇਸ ਮੋਹ ਮਾਇਆ ਪਦਾਰਥਾਂ ਦੇ ਵਿੱਚ ਹੀ ਉਲਝ ਕੇ ਉਹ ਵੀ ਫਿਰ ਸਿਰ ਦੇ ਭਾਰ ਇਸ ਤਰ੍ਹਾਂ ਜੀਵ ਵੀ ਡਿੱਗ ਪੈਂਦਾ ਹੈ। ਸਤਿਗੁਰੂ ਜੀ ਅੱਗੇ ਫੁਰਮਾਨ ਕਰਦੇ ਨੇ, ਦੁਰਮਤ ਕਣੀ ਵਿਗੋਤੀ ਪਾਏ, ਦੋਜੈ ਪਾਏ ਖਵਾਈ। ਦੁਰਮਤ ਬੁਰੀ ਮਤ, ਕਣੀ ਵਿਗੋਤੀ ਸਾਰਾ ਹੀ ਜਗਤ ਜਿਹੜਾ ਹੈ, ਬਤਾਰ ਦੇ ਕਣੀ ਯਾਨੀ ਬਹੁਤ ਜਿਹੜਾ ਜਗਤ ਹੈ ਉਹ ਬੁਰੀ ਮਤ ਦੇ ਵਿੱਚ ਹੋਣ ਕਰਕੇ, ਦੂਜੇ ਭਾਅ ਦੇ ਵਿੱਚ ਲੱਗਿਆ ਹੋਣ ਕਰਕੇ ਖਵਾਰ ਹੁੰਦਾ ਹੈ ਸਾਰਾ। ਬਿਨ ਸਤਿਗੁਰ ਨਾਮ ਨ ਪਾਈਏ ਪਾਏ, ਬਿਨ ਨਾਮੈ ਪਰਮ ਨ ਜਾਈ,
ਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਮਹਾਰਾਜ ਜੀ ਕਹਿੰਦੇ ਨੇ ਬਿਨ ਸਤਿਗੁਰ ਨਾਮ ਨਾ ਪਾਈਏ ਭਾਈ। ਗੁਰਦੇਵ ਕਹਿੰਦੇ ਨੇ ਭਾਈ ਸਾਰੇ ਸੁਣ ਲਓ, ਇਹ ਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੋਣੀ, ਅਤੇ ਨਾਮ ਤੋਂ ਬਿਨਾਂ ਜਿਹੜੀ ਉਹ ਭਟਕਣਾ ਜਿਹੜਾ ਭਰਮ ਹੈ ਉਹ ਮਿਟਣਾ ਨਹੀਂ, ਉਹ ਨਹੀਂ ਜਾਣਾ ਫਿਰ ਪਰ। ਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੋਣੀ ਅਤੇ ਨਾਮ ਤੋਂ ਬਿਨਾਂ ਭਰਮ ਨਹੀਂ ਮਿਟਣਾ। ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ, ਆਵਨ ਜਾਨ ਰਖਾਈ। ਸਤਿਗੁਰੂ ਜੀ ਨੇ, ਗੁਰੂ ਸਾਹਿਬ ਨੇ ਜਿਹੜੇ ਉਹ ਸੇਵਾ ਦੇ ਜਿਹੜੇ ਕਰਮ ਦੱਸੇ ਨੇ ਉਹ ਕਮਾ ਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਸੱਚੇ ਪਾਤਸ਼ਾਹ ਪਹੁੰਚ ਕੇ ਗੁਰੂ ਦਾ ਉਪਦੇਸ਼ ਸੁਣ ਕੇ ਫਿਰ ਉਹ ਉਪਦੇਸ਼ ਸਰਵਣ ਕਰਕੇ ਫਿਰ ਜਿਹੜਾ ਹੈ ਉਹ ਕਮਾ ਕੇ ਪਰਮੇਸ਼ੁਰ ਦਾ ਨਾਮ ਜਪ ਕੇ ਫਿਰ ਸੁੱਖਾਂ ਦੀ ਪ੍ਰਾਪਤੀ ਹੋਣੀ ਹੈ। ਫਿਰ ਜਿਹੜਾ ਤੇਰਾ ਆਵਣ ਜਾਣਾ ਜਿਹੜਾ ਉਹ ਵੀ ਮਹਾਰਾਜ ਜੀ ਸੱਚੇ ਪਾਤਸ਼ਾਹ ਕਹਿੰਦੇ ਉਹ ਮਿਟਾਉਣ ਦੇ ਸਮਰੱਥ ਨੇ ਪਰਮੇਸ਼ੁਰ, ਉਹ ਵੀ ਮਿਟ ਜਾਵੇਗਾ, ਮਿਟੇਗਾ ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਨਾਮ ਦੇ ਨਾਲ, ਗੁਰੂ ਦੀ ਦਇਆ ਦੇ ਨਾਲ, ਗੁਰੂ ਦੀ ਰਹਿਮਤ ਦੇ ਨਾਲ। ਆਵਣ ਜਾਣਾ ਵੀ ਤੇਰਾ ਮਿਟ ਸਕਦਾ। ਸਾਚ ਸਹਿਜ ਗੁਰ ਤੇ ਉਪਜੈ ਪਾਈ, ਮਨ ਨਿਰਮਲ ਸਾਚ ਸਮਾਈ। ਸਹਿਜ ਦੀ ਜਿਹੜੀ ਆਤਮਕ ਅਡੋਲਤਾ ਦੀ ਅਵਸਥਾ ਹੈ ਉਹ ਸਹਿਜ ਦੀ ਅਵਸਥਾ ਹੈ, ਉਹ ਸੱਚਾ ਪਰਮੇਸ਼ਵਰ ਜਿਹੜਾ ਹੈ ਗੁਰੂ ਤੋਂ ਹੀ ਉਹ ਪ੍ਰਾਪਤ ਹੋ ਸਕਦੀ ਹੈ। ਫਿਰ ਮਨ ਜਿਹੜਾ ਹੈ ਜੇ ਪਰਮੇਸ਼ਵਰ ਦੀ ਬੰਦਗੀ ਕੀਤੀ ਨਿਰਮਲ ਹੋ ਜਾਵੇਗਾ, ਨਿਰਮਲ ਹੋਣ ਦੇ ਨਾਲ ਇਹ ਮਨ ਫਿਰ ਉਸ ਸੱਚੇ ਦੇ ਵਿੱਚ ਸਮਾਇਆ ਟਿਕਿਆ ਰਹੇਗਾ ਪਰਮੇਸ਼ਵਰ ਦੇ ਨਾਮ ਦੇ ਵਿੱਚ। ਗੁਰ ਸੇਵੇ ਸੋ ਬੂਝੈ ਪਾਈ, ਗੁਰ ਬਿਨ ਮਗ ਨਾ ਪਾਈ। ਗੁਰੂ ਨੂੰ ਸੇਵਣ ਦੇ ਨਾਲ ਫਿਰ ਇਹ ਜਿਹੜੀ ਅਵਸਥਾ ਇਹ ਬੁੱਝੀ ਜਾਵੇਗੀ, ਇਸ ਨੂੰ ਸਮਝ ਦੇ ਵਿੱਚ ਆ ਜਾਵੇਗੀ। ਪਰ ਗੁਰਬਿਨ ਮੱਗ ਨਾ ਪਾਈ, ਮੱਗ ਕਹਿੰਦੇ ਨੇ ਰਸਤੇ ਨੂੰ, ਗੁਰੂ ਤੋਂ ਬਿਨਾਂ ਇਹ ਰਸਤੇ ਦੀ ਜਿਹੜੀ ਹੈ ਉਹ ਰਸਤੇ ਦਾ ਪਤਾ ਨਹੀਂ ਲੱਗਣਾ, ਪ੍ਰਾਪਤ ਨਹੀਂ ਹੋਣਾ ਗੁਰੂ ਤੋਂ ਬਿਨਾਂ। ਗੁਰੂ ਨੂੰ ਸੇਵਣ ਦੇ ਨਾਲ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਤਸੰਗਤ ਦੇ ਵਿੱਚ ਬੈਠ ਕੇ ਉਸ ਪਰਮੇਸ਼ਵਰ ਦੀ ਬੰਦਗੀ ਕਰਨ ਦੇ ਨਾਲ, ਨਾਮ ਜਪਣ ਦੇ ਨਾਲ ਫਿਰ ਇਸ ਰਾਹ ਦੀ ਜਿਹੜੀ ਉਹ ਪ੍ਰਾਪਤੀ ਹੋ ਜਾਂਦੀ ਹੈ। ਜਿਸ ਅੰਤਰ ਲੋਭ ਕੇ ਕਰਮ ਕਮਾਵੇ ਪਾਈ, ਕੂੜ ਬੋਲ ਬਿਖ ਖਾਈ। ਜਿਸ ਦੇ ਅੰਦਰ ਲੋਭ ਇਤ ਆਦਿਕ ਹੈ, ਕਹਿੰਦੇ ਫਿਰ ਉਹ ਕਰਮ ਵੀ ਕਮਾਈ ਜਾਵੇ। ਉਹ ਕਰਮ ਇਸ ਤਰ੍ਹਾਂ ਕਹਿੰਦੇ ਨੇ ਉਸਦੇ ਵੀ ਜਿਵੇਂ ਝੂਠ ਬੋਲ ਕੇ ਬਿਖ, ਕਹਿੰਦੇ ਨੇ ਉਹ ਜ਼ਹਿਰ ਹੀ ਖਾਂਦਾ ਹੋਵੇ, ਝੂਠ ਬੋਲ ਬੋਲ ਕੇ ਜ਼ਹਿਰ ਖਾਈ ਜਾਵੇ, ਲੋਭ ਕਰਕੇ ਵਿਕਾਰ ਕਰਮ ਜਿਹੜਾ ਕਮਾਈ ਜਾਂਦਾ ਹੈ। ਗੁਰਦੇਵ ਜੀ ਅੱਗੇ ਬਚਨ ਕਰਦੇ ਨੇ, ਪੰਡਤ ਦਹੀ ਵਿਲੋਈਐ ਪਾਏ, ਵਿੱਚੋਂ ਨਿਕਲੈ ਤੱਥ। ਸਮਝਾਉਣਾ ਕਰਦੇ ਨੇ ਗੁਰਦੇਵ ਜੀ, ਕਹਿੰਦੇ ਦਹੀ ਵਿਲੋਈਏ ਤਾਂ ਫਿਰ ਤੱਥ ਉਸਦੇ ਵਿੱਚੋਂ ਮੱਖਣ ਨਿਕਲਣਾ ਹੈ। ਇਸੇ ਤਰ੍ਹਾਂ ਫਿਰ ਦਹੀਂ ਕਿਹੜੀ ਬਣਾਉਣੀ ਹੈ, ਇਸ ਸਰੀਰ ਦੇ ਅੰਦਰ ਹੀ, ਇਸ ਤਨ ਦੇ ਅੰਦਰ ਹੀ
ਉਸ ਪਰਮੇਸ਼ਵਰ ਦੇ ਨਾਮ ਨੂੰ ਬਿਲੋਮਣਾ, ਹਰ ਕਾ ਬਿਲੋਮਣਾ ਬਿਲੋ ਮੇਰੇ ਭਾਈ। ਉਹ ਬਿਲੋਣ ਦੇ ਨਾਲ ਫਿਰ ਅਸਲ ਤੱਤ ਫਿਰ ਨਿਕਲੇਗਾ, ਤੱਤ ਪਰਮੇਸ਼ਵਰ ਸੱਚੇ ਪਾਤਸ਼ਾਹ ਬੰਦਗੀ ਕਰਨ ਦੇ ਨਾਲ। ਭਾਵ ਕਹਿਣ ਤੋਂ ਜੇ ਦਹੀਂ ਬਿਲੋਵੇਗਾ, ਉਦਾਹਰਣ ਦਿੰਦੇ ਨੇ ਗੁਰਦੇਵ ਜੀ, ਜੇ ਦਹੀਂ ਬਿਲੋਵੇਗਾ ਫਿਰ ਮੱਖਣ ਦੀ ਪ੍ਰਾਪਤੀ ਹੋਵੇਗੀ। ਅੱਗੇ ਗੁਰਦੇਵ ਜੀ ਬਚਨ ਕਰਦੇ ਨੇ, ਜਲ ਮੱਥੀਐ ਜਲ ਦੇਖੀਐ ਪਾਈ, ਇਹੋ ਜਗ ਇਹਾ ਵਥ। ਪਾਣੀ ਨੂੰ ਰਿੜਕਣ ਦੇ ਨਾਲ ਉਹ ਮੱਖਣ ਦੀ ਪ੍ਰਾਪਤੀ ਨਹੀਂ ਹੋਣੀ, ਬਸ ਜਲ ਨੂੰ ਬਲੋਈ ਜਾਂ ਰਿੜਕੀ ਜਾ, ਉਸਦੇ ਨਾਲ ਕੁਝ ਪ੍ਰਾਪਤ ਨਹੀਂ ਹੋਣਾ। ਉਸਦੇ ਨਾਲ ਫਿਰ ਪਾਣੀ ਦਾ ਪਾਣੀ ਹੀ ਰਹਿ ਜਾਣਾ ਹੈ, ਪਾਣੀ ਹੀ ਵੱਥ ਜਿਹੜਾ ਉਹ ਪਾਣੀ ਹੀ ਪ੍ਰਾਪਤ ਹੋਵੇਗਾ। ਸੰਸਾਰ ਇਹੋ ਜਗ ਇਹਾ ਵੱਥ, ਕਰਕੇ ਜਗ ਦੇ ਵਿੱਚ ਇਹੋ ਫਿਰ ਪਾਣੀ ਹੀ ਪ੍ਰਾਪਤ ਹੋਣਾ। ਸੰਸਾਰਕ ਵਸਤੂਆਂ ਯਾਨੀ ਪਦਾਰਥਵਾਦ ਦੀ ਚੀਜ਼ਾਂ ਦੇ ਅੰਦਰ ਜਦ ਉਲਝੇਗਾ, ਮਾਇਕ ਪਦਾਰਥਾਂ ਦੇ ਵਿੱਚ ਕਰਮ ਕਰੇਗਾ, ਤਾਂ ਫਿਰ ਜਲ ਹੀ ਪ੍ਰਾਪਤ ਹੋਣਾ, ਜਲ ਹੀ ਰਹਿ ਜਾਣਾ। ਗੁਰ ਬਿਨ ਪਰਮ ਵਿਗੋਚੀਐ ਪਾਈ, ਘਟ ਘਟ ਦੇਓ ਅਲੱਖ। ਉਹ ਜਿਹੜਾ ਪਰਮੇਸ਼ਵਰ ਅਕਾਲ ਪੁਰਖ ਨਾਲ ਲਿਖਿਆ ਜਾਣ ਵਾਲਾ ਪਰਮੇਸ਼ਵਰ ਜੀ, ਉਹ ਪਰਮੇਸ਼ਵਰ ਜਿਹੜਾ ਸਾਰੇ ਘਟਾਂ ਦੇ ਵਿੱਚ ਵੱਸਦਾ, ਘਟ ਘਟ ਦੇ ਵਿੱਚ ਵੱਸਿਆ ਹੋਇਆ। ਗੁਰੂ ਬਿਨ ਹੈ ਉਸ ਦੀ ਜਿਹੜੀ ਉਹ ਭਟਕਣਾ ਜਿਹੜੀ ਮਿਟਣੀ ਨਹੀਂ, ਉਹ ਪਰਮੇਸ਼ਵਰ ਵੱਸਿਆ ਵੀ ਸਾਰੀਆਂ ਘਟਾਂ ਦੇ ਵਿੱਚ, ਲਖਿਆ ਵੀ ਨਹੀਂ ਜਾ ਸਕਦਾ ਉਹ ਪਰਮੇਸ਼ਵਰ। ਇਹੋ ਜਗ ਤਾਗੋ ਸੂਤ ਕੋ ਪਾਈ, ਦਹਿ ਦਿਸ ਬਾਂਧੋ ਮਾਏ। ਇਹ ਸਾਰਾ ਹੀ ਜਗ ਜਿਹੜਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਸੋਤ ਦੇ ਧਾਗੇ ਦੇ ਨਾਲ ਗੰਢਾਂ ਪਾਈਆਂ ਹੋਣ, ਇਸ ਤਰ੍ਹਾਂ ਇਹ ਜੀਵ ਬਾਂਧੋ ਮਾਏ ਮਾਇਆ ਦੇ ਵਿੱਚ ਜੀਵ ਜਿਹੜਾ ਹੈ ਉਹ ਦਹਿ ਦੇ ਸਾਰੇ ਪਾਸੇ ਵੀ ਉਸੇ ਤਰ੍ਹਾਂ ਇਹ ਜੀਵ ਬੰਧਿਆ ਹੋਇਆ। ਇਹੋ ਜਗ ਤਾਗੋ ਸੂਤ ਕੋ ਪਾਈ, ਦਹਿ ਦੇ ਸੰਬੰਧੋ ਮਾਏ, ਜਕੜਿਆ ਪਿਆ ਹੈ ਕਿਤੇ ਮੋਹ ਦੇ ਵਿੱਚ, ਕਿਤੇ ਮਾਇਕ ਪਦਾਰਥਾਂ ਦੇ ਵਿੱਚ ਜਕੜਿਆ ਪਿਆ, ਹਰ ਪਾਸੇ ਤੋਂ ਜਕੜਿਆ ਪਿਆ, ਨਿਕਲਦਾ ਨਹੀਂ ਉਸਦੇ ਵਿੱਚੋਂ, ਉਸੇ ਦੇ ਵਿੱਚ ਉਲਝਿਆ ਰਹਿੰਦਾ। ਬਿਨ ਗੁਰ ਗਾਂਠ ਨ ਛੋਟੇ ਪਾਈ, ਥਾਕੇ ਕਰਮ ਕਮਾਏ। ਇਹ ਜਿਹੜੇ ਮੋਹ ਦੀਆਂ ਗੰਢਾਂ ਨੇ, ਮਾਇਕ ਪਦਾਰਥਾਂ ਦੀਆਂ ਗੰਢਾਂ ਨੇ, ਇਹ ਗੁਰੂ ਤੋਂ ਬਿਨਾਂ ਨਹੀਂ ਖੁੱਲਦੀਆਂ। ਇਹ ਬਾਹਰੀ ਜਿਹੜੇ ਕਰਮ ਧਰਮ ਕਰਦਾ ਹੈ, ਵਿਖਾਵੇ ਦੇ ਕਰਮ ਧਰਮ ਕਰਦਾ ਹੈ, ਉਹਨਾਂ ਦੇ ਨਾਲ ਇਹ ਗੰਢਾਂ ਖੁੱਲਣ ਵਾਲੀਆਂ ਨਹੀਂ, ਗੁਰਦੇਵ ਦੇ ਵਚਨ ਨਹੀਂ। ਇਹੋ ਜਗ ਪਰਮ ਬੁਲਾਇਆ ਪਾਈ, ਕਹਿਣਾ ਕਿਛੂ ਨਾ ਜਾਏ। ਇਸ ਜਗਤ ਜਿਹੜਾ ਹੈ ਉਹ ਭਟਕਣਾ ਦੇ ਵਿੱਚ ਭੁੱਲਿਆ, ਇਸ ਮਾਇਕ ਪਦਾਰਥਾਂ ਦੇ ਵਿੱਚ, ਮੋਹ ਦੇ ਵਿੱਚ, ਮਾਇਕ ਪਦਾਰਥਾਂ ਦੇ ਵਿੱਚ ਜਕੜਿਆ ਪਿਆ, ਫਿਰ ਕਹਿਣਾ ਕਿਛੂ ਨਾ ਜਾਏ, ਫਿਰ ਕੁਝ ਨਹੀਂ ਕਿਹਾ ਜਾ ਸਕਦਾ। ਗੁਰ ਮਿਲਿਆ ਪੋ ਮਨ ਵਸ ਪਾਈ, ਪੈ ਮਰਨਾ ਸੱਚ ਲੇਖ। ਜਦੋਂ ਗੁਰੂ ਨੂੰ ਮਿਲਿਆ, ਭਉ ਗੁਰੂ ਦਾ ਡਰ ਪੈਦਾ ਹੋਇਆ, ਡਰ ਪੈਦਾ ਹੋਣ ਦੇ ਨਾਲ ਫਿਰ ਕੀ ਹੋਇਆ, ਜਿਹੜਾ ਸੱਚਾ ਲੇਖ ਸੀ ਉਹ ਜਿਹੜਾ ਹੈ
ਮਰਨ ਦਾ ਜਿਹੜਾ ਮਾਇਕ ਪਦਾਰਥਾਂ ਵੱਲੋਂ ਜਿਹੜਾ ਇਸਦਾ ਮਨ ਜਿਹੜਾ ਉਹ ਫਿਰ ਮਰ ਜਾਂਦਾ, ਡਰ ਜਾਂਦਾ, ਇੱਧਰੋਂ ਛੱਡ ਕੇ ਫਿਰ ਗੁਰੂ ਵਾਲੇ ਪਾਸੇ ਨੂੰ ਚੁੱਕ ਜਾਂਦਾ। ਗੁਰਦੇਵ ਜੀ ਅੱਗੇ ਬਚਨ ਕਰਦੇ ਨੇ, ਮਜਨ ਦਾਨ ਚੰਗਿਆਈਆਂ ਪਾਏ ਦਰਗੈ ਨਾਮ ਵਿਸ਼ੇਖ। ਮੱਜਣ ਕਹਿੰਦੇ ਨੇ ਕਿਸੇ ਵਿਸ਼ੇਸ਼ ਤੀਰਥ 'ਤੇ ਇਸ਼ਨਾਨ ਕਰਨ, ਉੱਥੇ ਕਹਿੰਦੇ ਦਾਨ ਕਰਨ ਜਾਂ ਚੰਗਿਆਈਆਂ ਵਾਲੇ ਕਰਮ ਕਰਦਾ ਹੈ। ਕਹਿੰਦੇ ਇਹ ਸਾਰੇ ਮੱਜਣ ਦਾਨ ਚੰਗਿਆਈਆਂ ਜਿਹੜੀਆਂ ਨੇ ਉਸ ਦੀ ਦਰਗਾਹ ਦੇ ਵਿੱਚ ਵਿਸ਼ੇਸ਼ਤਾ ਕਿਹਨੂੰ ਮਿਲਦੀ ਹੈ? ਵਿਸ਼ੇਸ਼ਤਾ ਮਿਲਦੀ ਹੈ ਕਹਿੰਦੇ ਨਾਮ ਨੂੰ, ਪਰਮੇਸ਼ੁਰ ਦੇ ਦਰਗੈ ਨਾਮ ਵਿਸ਼ੇ ਕਹਿੰਤੂ ਭਾਵ ਇਹ ਤੀਰਥ ਇਸ਼ਨਾਨ ਦਾਨ ਚੰਗਿਆਈਆਂ ਜਿਹੜੇ ਸਾਰੇ ਕਰਮ ਨੇ ਇਹਨਾਂ ਤੋਂ ਉੱਪਰ ਨਾਮ ਹੈ ਪਰਮੇਸ਼ੁਰ ਦਾ, ਨਾਮ ਦੇ ਵਿੱਚ ਹੀ ਇਹ ਸਾਰੀਆਂ ਜਿਹੜੀਆਂ ਪਾਵਰਾਂ ਸਾਰੀਆਂ ਹੀ ਆ ਜਾਂਦੀਆਂ, ਇਹਨਾਂ ਦੇ ਨਾਲ ਸਾਰੇ ਤੇਰੇ ਉਹ ਪ੍ਰਵਾਨ ਹੋ ਜਾਂਦੇ ਨੇ। ਮੱਜਣ ਕੀਤਾ ਹੋਇਆ, ਦਾਨ ਕੀਤਾ, ਚੰਗਿਆਈਆਂ ਜੇ ਪਰਮੇਸ਼ੁਰ ਦੀ ਬੰਦਗੀ ਹੈ ਤਾਂ ਤੇ ਸਫਲ ਨੇ। ਉਸਦੀ ਦਰਗਾਹ ਦੇ ਵਿੱਚ ਸੱਚੇ ਨਾਮ ਦੀ ਸਿਹਤ ਹੈ, ਵਡਿਆਈ ਸੱਚੇ ਨਾਮ ਦੀ ਹੈ ਮਹਾਰਾਜ ਦੇ, ਪਰਮੇਸ਼ੁਰ ਦੇ ਨਾਲ ਦਰਗਾਹ ਦੇ ਵਿੱਚ। ਗੁਰ ਅੰਕ ਸਜਿਨ ਨਾਮ ਦਿਰਡਾਇਆ ਪਾਈ ਮਨ ਵਸਿਆ ਚੂਕਾ ਭੇਖ। ਅੰਕਸ ਕਹਿੰਦੇ ਨੇ ਉਹ ਹਾਥੀ ਦੇ ਸਿਰ ਦੇ ਵਿੱਚ ਜੋ ਕੁੰਡਾ ਮਾਰਦੇ ਉਸਨੂੰ ਅੰਕਸ ਕਹਿੰਦੇ। ਉਹ ਕਿਹੜਾ ਅੰਕਸ ਮਾਰਨਾ ਹੈ? ਇਸ ਮਨ ਦੇ ਜਿਹੜਾ ਹੰਕਾਰੀ ਹਾਥੀ ਰੂਪੀ ਮਨ ਹੋਇਆ ਪਿਆ, ਮੈਗਲ ਹੋਇਆ ਪਿਆ, ਇਸ 'ਤੇ ਉਸ ਪਰਮੇਸ਼ਵਰ ਜੀ ਦੇ ਨਾਮ ਦਾ ਕੁੰਡਾ ਮਾਰਨਾ, ਸ਼ਬਦ ਦਾ ਕੁੰਡਾ ਮਾਰਨਾ, ਉਹ ਦ੍ਰਿੜ ਕਰਨਾ ਹੈ ਨਾਮ ਮਨ ਦੇ ਅੰਦਰ। ਫਿਰ ਮਨ ਦੇ ਵਿੱਚ ਜਿਹੜਾ ਹੈ ਬਾਹਰੀ ਜਿਹੜਾ ਦਿਖਾਵਾ ਉਹ ਖਤਮ ਹੋ ਸਕਦਾ ਹੈ। ਗੁਰਦੇਵ ਜੀ ਅੱਗੇ ਬਚਨ ਕਰਦੇ ਨੇ ਆਖਰੀ ਤੁਕਾਂ ਦੇ ਅੰਦਰ, ਇਹੋ ਤਨ ਹਾਟ ਸਰਾਪ ਕੁਪਾਈ ਵੱਖਰ ਨਾਮ ਅਪਾਰ। ਇਹ ਤਨ, ਇਹ ਸਰੀਰ ਜਿਹੜਾ ਹੱਟ ਯਾਨੀ ਦੁਕਾਨ ਕਰ, ਸਰਾਪ ਦੀ ਦੁਕਾਨ ਹੈ ਕਹਿੰਦੇ। ਇਸਦੇ ਅੰਦਰ ਕਰਨਾ ਕੀ ਹੈ ਭਾਈ? ਕਹਿੰਦੇ ਸੌਦਾ ਕਿਹੜਾ ਕਰਨਾ, ਵਪਾਰ ਕਿਹੜਾ ਕਰਨਾ ਹੈ? ਜਿਸ ਤਰ੍ਹਾਂ ਵਪਾਰ ਨੇ ਬਾਹਰੀ ਪਦਾਰਥਾਂ ਦੇ ਵਪਾਰ ਕਰਦੇ ਨੇ, ਇਸ ਤਨ ਰੂਪੀ ਹੱਟ ਦੇ ਅੰਦਰ, ਇਸ ਦੇ ਅੰਦਰ ਵਪਾਰ ਕਰਨਾ ਕਹਿੰਦੇ ਪਰਮੇਸ਼ਵਰ ਜੀ ਦੇ ਨਾਮ ਦਾ ਵਪਾਰ ਕਰਨਾ। ਉਹ ਵਪਾਰ ਨਾਮ ਦਾ ਹੀ ਕਰਨਾ ਸਿਰ। ਇਹੋ ਵੱਖਰ ਵਪਾਰੀ ਸੋ ਦਿਰੜੈ ਭਾਈ ਗੁਰ ਸ਼ਬਦ ਕਰੇ ਵਿਚਾਰ। ਇਹ ਵਪਾਰ ਉਹੀ ਕਰਦਾ ਹੈ ਜਿਹੜਾ ਗੁਰੂ ਦੇ ਸ਼ਬਦ ਦੇ ਵਿਚਾਰ ਕਰਦਾ, ਉਹ ਦ੍ਰਿੜ ਕਰਦਾ ਹੈ, ਕਿਉਂਕਿ ਸ਼ਬਦ ਨੇ ਚੋਟ ਲਾਈ ਇਸਦੇ ਮਨ ਦੇ ਅੰਦਰ। ਸ਼ਬਦ ਦੀ ਚੋਟ ਦੇ ਨਾਲ ਉਸ ਪਰਮੇਸ਼ੁਰ ਦੀ ਇਸ ਨੂੰ ਸੋਝ ਆਈ, ਸੋਝ ਆਉਣ ਦੇ ਨਾਲ ਪਰਮੇਸ਼ੁਰ ਦੀ ਬੰਦਗੀ ਕੀਤੀ, ਪਰਮੇਸ਼ੁਰ ਦੀ ਦਇਆ ਹੋਈ, ਰਹਿਮਤ ਹੋਈ, ਕਿਰਪਾ ਹੋਈ, ਫਿਰ ਇਹ ਵਪਾਰ ਜਿਹੜਾ ਉਹ ਵਪਾਰੀ ਕਰਦਾ ਹੈ, ਸ਼ਬਦ ਦਾ ਜਿਹੜਾ ਵਿਚਾਰ ਕਰਦਾ। ਆਖਰੀ ਤੁਕ ਦੇ ਅੰਦਰ ਧੰਨ ਸ੍ਰੀ ਗੁਰਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ
ਧਨ ਵਾਪਾਰੀ ਨਾਨਕ ਪਾਇ ਮੇਲ ਕਰੇ ਵਾਪਾਰ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਇਸ ਜਗਤ ਜਲੰਧਰ ਨੂੰ ਠਾਰਦੇ ਵਾਸਤੇ ਗੁਰਦੇਵ ਨੇ ਇਹ ਰਹਿਮਤ ਕੀਤੀ, ਦਇਆ ਕੀਤੀ, ਕਹਿੰਦੇ ਭਾਈ ਇਹ ਵਾਪਾਰ ਜਿਹੜਾ ਹੈ ਕੌਣ ਕਰਦਾ? ਜਿਹੜਾ ਜਿਸਦਾ ਮਿਲਾਪ ਹੋ ਗਿਆ ਪਰਮੇਸ਼ੁਰ ਦਾ, ਜਿਹੜਾ ਪਰਮੇਸ਼ੁਰ ਦੇ ਨਾਲ ਮਿਲ ਗਿਆ, ਉਹ ਧੰਨਤਾ ਦੇ, ਉਹ ਵਾਪਾਰੀ ਧੰਨਤਾ ਦੇ ਯੋਗ ਹੋਇਆ। ਕਿਹੜਾ ਵਾਪਾਰ? ਜਿਸਨੇ ਵਪਾਰ ਸੱਚ ਦਾ ਕੀਤਾ, ਜਿਸਨੇ ਵਪਾਰ ਆਪਣੇ ਤਨ ਰੂਪੀ ਹੱਟ ਦੇ ਅੰਦਰ ਨਾਮ ਦਾ ਕੀਤਾ, ਗੁਰਦੇਵ ਕਹਿੰਦੇ ਨੇ ਉਹ ਧੰਨ ਵਾਪਾਰੀ ਨਾਨਕਾ ਭਾਈ ਮੇਲ ਕਰੇ ਵਾਪਾਰ, ਜੋ ਮਿਲ ਕੇ ਉਸ ਪਰਮੇਸ਼ਵਰ ਜੀ ਦੇ ਨਾਲ ਨਾਮ ਦਾ ਵਣਜ ਕਰਦਾ ਹੈ, ਨਾਮ ਦਾ ਵਾਪਾਰ ਕਰਦਾ ਹੈ, ਉਹ ਧੰਨਤਾ ਦੇ ਯੋਗ ਹੋ ਜਾਂਦੇ ਨੇ। ਗੁਰਦੇਵ ਸੱਚੇ ਪਾਤਸ਼ਾਹ ਜੀ ਬਹੁਜ ਵਚਨ ਜਿਹੜੇ ਨੇ ਬਾਣੀ ਦੇ ਵਿੱਚੋਂ ਸਾਨੂੰ ਥਾਂ ਥਾਂ 'ਤੇ ਸਮਝਾਉਂਦੇ ਨੇ ਕਿ ਭਾਈ ਉਸ ਪਰਮੇਸ਼ਵਰ ਦੀ ਬੰਦੇ ਬੰਦਗੀ ਇੱਕ ਤੇ ਆ, ਤੂੰ ਪਰਮੇਸ਼ਵਰ ਦੀ ਬੰਦਗੀ ਕਰ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਜਪ, ਨਾਮ ਦੇ ਅੰਦਰ ਸਾਰੀਆਂ ਪਾਵਰਾਂ ਮਹਾਰਾਜ ਸੱਚੇ ਪਾਤਸ਼ਾਹ ਉੱਤਮ, ਸਭ ਤੋਂ ਉੱਤਮ ਨਾਮ ਹੀ ਹੈ ਪਰਮੇਸ਼ਵਰ ਦਾ, ਨਾਮ ਹੀ ਸਭ ਤੋਂ ਉੱਚਾ ਹੈ, ਉੱਤਮ ਹੈ। ਉਸ ਨੂੰ ਦ੍ਰਿੜ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਕਰ। ਆਓ ਆਖਰੀ ਤੁਕਾਂ ਸੱਚੇ ਪਾਤਸ਼ਾਹ ਪਵਿੱਤਰ ਬਚਨਾਂ ਨੂੰ ਪੜ੍ਹ ਕੇ ਆਪਾਂ ਸਮਾਪਤੀ ਕਰਦੇ ਹਾਂ। ਗੁਰਦੇਵ ਸੱਚੇ ਪਾਤਸ਼ਾਹ ਭੁੱਲਾਂ ਚੁੱਕਾਂ ਦੀ ਖਿਮਾ ਆਪ ਬਖਸ਼ਿਸ਼ ਕਰਨ, ਆਪ ਸੰਗਤ ਭੁੱਲਾਂ ਬਖਸ਼ਣ ਯੋਗ ਹੈ। ਆਖਰੀ ਤੁਕਾਂ ਪੜ੍ਹ ਕੇ ਆਪਾਂ ਜਿਹੜੀ ਆ ਉਹ ਸਮਾਪਤ ਕਰਾਂਗੇ। ਇਹ ਉਹ ਤਨ ਘਾਟ ਸਰਾਪ ਕੋ ਪਾਈ ਵੱਖਰ ਨਾਮ ਅਪਾਰ, ਇਹੋ ਵੱਖਰ ਵਾਪਾਰੀ ਸੋ ਦਿਰੜੈ ਪਾਈ ਗੁਰ ਸ਼ਬਦ ਕਰੇ ਵਿਚਾਰ, ਤਨ ਵਾਪਾਰੀ ਨਾਨਕ ਪਾਈ ਮੇਲ ਕਰੇ ਵਾਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।